ਸੋ ਦ ਇਮੀਗ੍ਰੇਸ਼ਨ ਲਾਂਚ ਦੇ ਵਿੱਚ ਇੱਕ ਹੋਰ ਕੈਂਡੀਡੇਟ ਅੱਛਾ ਨਾਲ ਜੁੜੇ ਨੇ ਸਤਨਾਮ ਸਿੰਘ ਜੀ। ਇਹਨਾਂ ਦਾ ਵੀ ਸਪਾਊਸ ਓਪਨ ਵਰਕ ਪਰਮਿਟ ਜਿਹੜਾ ਹੈ ਅਪਰੂਵ ਹੋਇਆ। ਸਤਨਾਮ ਜੀ ਬਹੁਤ ਬਹੁਤ ਮੁਬਾਰਕਾਂ, ਔਰ ਇਹ ਪਾਸਪੋਰਟ ਮੈਂ ਚਾਹੂੰਗਾ ਕਿ ਤੁਸੀਂ ਫੜੋ ਔਰ ਦੇਖੋ ਜਿਸ ਚੀਜ਼ ਦਾ ਇੰਤਜ਼ਾਰ ਤੁਸੀਂ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਸੀ। ਮੇਰੇ ਖਿਆਲ 'ਚ ਉਹ ਸਟਿੱਕਰ ਲੱਗ ਗਿਆ ਔਰ ਇਸ ਚੀਜ਼ ਦੀ ਖੁਸ਼ੀ ਮੈਂ ਤੁਹਾਡੇ ਚਿਹਰੇ 'ਤੇ ਦੇਖ ਪਾ ਰਿਹਾ। ਕਿੰਨੀ ਖੁਸ਼ੀ ਹੋ ਰਹੀ ਹੈ? ਬਹੁਤ ਦੇਰ ਸਰ। ਅਤੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ, ਕਿਹੜੇ ਪਿੰਡ 'ਚ ਆ ਰਹੇ ਹੋ? ਸਰ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਰਣਜੀਤ ਐਵਨਿਊ ਬਹੁਤ ਸਾਰੇ ਕੰਸਲਟੈਂਟ ਬੈਠੇ ਆ, ਉਹ ਸਾਰੇ ਛੱਡ ਕੇ ਜਲੰਧਰ ਆਉਣਾ ਅਤੇ ਦੂਰ ਨਹੀਂ ਲੱਗਾ ਵੀ ਲੋਕਲ ਅਪਲਾਈ ਕਰ ਲੈਂਦੇ? ਨੋ ਸਰ, ਦੂਰ ਨਹੀਂ ਸੀ ਸਾਨੂੰ, ਇਹ ਸਾਨੂੰ ਵੀਜ਼ਾ ਆਉਣਾ ਚਾਹੀਦਾ ਸਾਨੂੰ, ਇਸ ਕਰਕੇ ਇਮੀਗ੍ਰੇਸ਼ਨ ਲਾਉਣ 'ਚੋਂ ਵਿਜ਼ਿਟ ਕੀਤਾ। ਅਤੇ ਉੱਥੇ ਅੰਮ੍ਰਿਤਸਰ ਕਿਸੇ ਦਾ ਭਰੋਸਾ ਨਹੀਂ ਬਣਿਆ? ਨੋ ਸਰ। ਵਿਜ਼ਿਟ ਕੀਤਾ ਸੀ ਵੈਸੇ ਲੋਕਾਂ ਨੂੰ? ਨੋ, ਫਸਟ ਟਾਈਮ ਇੱਥੇ ਆਏ, ਇੱਥੇ ਪਤਾ ਇੱਥੋਂ ਵੀਜ਼ਾ ਮਿਲਣਾ ਸਾਨੂੰ, ਇੱਥੋਂ ਵੀਜ਼ਾ ਮਿਲਣਾ। ਹੋਰ ਕੋਈ ਦੋਸਤ ਦਾ ਕਿਸੇ ਵੀਜ਼ਾ ਆਇਆ ਹੋਵੇ, ਕਿਸੇ ਰਿਸ਼ਤੇਦਾਰ ਦਾ ਵੀਜ਼ਾ ਆਇਆ ਹੋਵੇ, ਇਹਨਾਂ ਦੀ ਐਡ ਕਿੱਥੇ ਦੇਖੀ ਜੀ? ਸਰ ਇੰਸਟਾਗ੍ਰਾਮ 'ਤੇ, ਸੋਸ਼ਲ ਮੀਡੀਆ 'ਤੇ। ਸੋਸ਼ਲ ਮੀਡੀਆ 'ਤੇ ਦੇਖੀ ਜੀ। ਸੋ ਜਤਿਨ ਜੀ, ਅੰਮ੍ਰਿਤਸਰ ਤੋਂ ਵੀ ਅੱਗੇ ਪਿੰਡ ਤੋਂ ਰਹਿੰਦੇ ਆ, ਅੰਮ੍ਰਿਤਸਰ ਵੀ ਇੱਕ ਹੱਬ ਆ ਇਮੀਗ੍ਰੇਸ਼ਨ ਦੀ, ਉਹ ਛੱਡ ਕੇ ਜਲੰਧਰ ਆਉਣਾ, ਇਹ ਇਟਸੈਲਫ ਇਹ ਦੱਸ ਰਿਹਾ ਕਿ ਤੁਹਾਡਾ ਕਿੰਨਾ ਕੁ ਨਾਮ ਆ ਸਪਾਊਸ ਓਪਨ ਵਰਕ ਪਰਮਿਟ ਦੇ ਵਿੱਚ, ਕਿੰਨੀ ਕੁ ਵਧੀਆ ਤੁਸੀਂ ਸਰਵਿਸ ਦਿੰਦੇ ਹੋ। ਜਿਹੜੇ ਲੋਕ ਇਹ ਕਹਿੰਦੇ ਕਿ ਅਸੀਂ ਲੋਕਲ ਵੀਜ਼ਾ ਨਹੀਂ ਅਪਲਾਈ ਕਰਨਾ, ਅਸੀਂ ਦੂਰ ਚਲ ਜਾਵਾਂਗੇ, ਬਟ ਸਾਨੂੰ ਰਿਜ਼ਲਟ ਚੰਗੇ ਮਿਲਣੇ ਚਾਹੀਦੇ ਆ। ਇੱਕ ਨਾ ਲੋਕਾਂ ਦੇ ਮਨ 'ਚ ਧਾਰਨਾ ਬਹੁਤ ਆ, ਉਹ ਕਹਿੰਦੇ ਜੇ ਸਪਾਊਸ ਓਪਨ ਵਰਕ ਪਰਮਿਟ ਅਪਲਾਈ ਕਰਨਾ ਹੈ ਤੇ ਜਿਹੜਾ ਸਪਾਊਸ ਤੋਂ ਚੱਲਿਆ ਡਿਪੈਂਡੈਂਟ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਇਕਲੀ ਗ੍ਰੈਜੂਏਟ ਹੋਣਾ ਚਾਹੀਦਾ, ਮਤਲਬ ਉਹ ਵੀ ਗ੍ਰੈਜੂਏਸ਼ਨ ਕੀਤੀ ਹੋਵੇ ਤਾਂ ਵੀਜ਼ਾ ਮਿਲਦਾ। ਕੀ ਇੱਦਾਂ ਦੀ ਕੋਈ ਧਾਰਨਾ ਹੈ ਜਾਂ ਘੱਟ ਪੜਿਆ ਤਾਂ ਵੀਜ਼ਾ ਲੱਗ ਜਾਂਦਾ? ਜੀ ਨਹੀਂ ਮਨੀਸ਼ ਜੀ, ਡੈਫੀਨਿਟਲੀ ਤੁਸੀਂ ਸਵਾਲ ਬੜਾ ਚੰਗਾ ਪੁੱਛਿਆ ਹੈਗਾ, ਇਹ ਜਿਹੜੀ ਧਾਰਨਾ ਹੈਗੀ ਬਿਲਕੁਲ ਗਲਤ ਹੈ। ਅਤੇ ਇੱਦਾਂ ਦੇ ਅਸੀਂ ਬਹੁਤ ਕੇਸਿਸ ਪਾਸ 'ਚ ਹੈਂਡਲ ਕੀਤੇ ਆ ਜਿਹਦੇ ਵਿੱਚ ਕਿ ਐਪਲੀਕੈਂਟ ਦੀ ਜਿਹੜੀ ਕੁਆਲੀਫਿਕੇਸ਼ਨ ਸੀਗੀ ਉਹ ਲੈਸ ਦੈਨ ਮੈਟ੍ਰਿਕ ਵੀ ਸੀਗੀ, 10ਵੀਂ ਤੋਂ ਘੱਟ ਪੜਿਆ ਹੈ। ਹਾਂਜੀ ਬਿਲਕੁਲ, 10ਵੀਂ ਤੋਂ ਘੱਟ ਪੜੇ ਹੋਏ ਆ, ਠੀਕ ਹੈ, ਬਟ ਫਿਰ ਵੀ ਉਹਨਾਂ ਨੇ ਵੀਜ਼ਾ ਹਾਸਲ ਕੀਤਾ ਹੈ ਬਿਕੋਜ਼ ਐਮਬੈਸੀ ਦੀ ਜਿਹੜੀ ਪ੍ਰੋਗਰਾਮ ਗਾਈਡਲਾਈਨਸ ਕਹਿੰਦੀਆਂ ਹੈਗੀਆਂ ਇਸ ਪਰਟੀਕੁਲਰ ਪ੍ਰੋਗਰਾਮ ਦੀਆਂ, ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਅੰਦਰ ਫਾਈਲ ਲੱਗਦੀ ਹੈ, ਉਹਦੇ ਵਿੱਚ ਕਿਤੇ ਵੀ ਜਿਹੜਾ ਐਪਲੀਕੈਂਟ ਹੋਮ ਕੰਟਰੀ ਤੋਂ ਅਪਲਾਈ ਕਰ ਰਿਹਾ ਉਹਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਬਾਰੇ ਕਿਸੇ ਤਰੀਕੇ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ। ਹਾਲਾਂਕਿ ਜਿਹੜਾ ਸਪਾਊਸ ਕੈਨੇਡਾ 'ਚ ਬੈਠਾ ਆ ਉਹ ਜਿਹੜਾ ਇਨਵਾਈਟਰ ਹੈਗਾ, ਬੇਸਿਕਲੀ ਸਪੋਂਸਰ ਹੈਗਾ ਅਸੀਂ ਕਹਿ ਸਕਦੇ ਹਾਂ, ਉਹਨਾਂ ਦੀਆਂ ਐਜੂਕੇਸ਼ਨਲ ਗਾਈਡਲਾਈਨਸ ਜਾਂ ਰਿਕੁਆਇਰਮੈਂਟ ਦੀਆਂ ਸਪੈਸੀਫਿਕ ਰਿਕੁਆਇਰਮੈਂਟ ਜਿਹੜੀਆਂ ਹੈਗੀਆਂ ਉਹ ਐਮਬੈਸੀ ਨੇ ਪ੍ਰਸਕ੍ਰਾਈਬ ਕੀਤੀਆਂ ਹੈਗੀਆਂ ਅਤੇ ਸਪੋਂਸਰ ਵੱਲੋਂ ਉਹ ਐਜੂਕੇਸ਼ਨਲ ਦੀ ਜਿਹੜੀਆਂ ਲੈਵਲ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਉਹ ਪੂਰੀਆਂ ਕਰਨੀਆਂ ਹੀ ਪੈਂਦੀਆਂ। ਇਹਨਾਂ ਦੇ ਕੇਸ 'ਚ ਕੋਈ ਤੁਹਾਨੂੰ ਚੈਲੇਂਜ ਸੀ ਜਾਂ ਵੀ ਸਾਫ ਕੇਸ ਸੀ? ਨਹੀਂ, ਇਹਨਾਂ ਦਾ ਅੱਛਾ ਕੇਸ ਹੈਗਾ, ਇਹ ਐਗਰੀਕਲਚਰ ਬੈਕਗਰਾਊਂਡ ਤੁਸੀਂ, ਨੋਰਮਲੀ ਐਗਰੀਕਲਚਰ ਬੈਕਗਰਾਊਂਡ ਦੇ ਕੇਸ 'ਚ ਚੈਲੇਂਜ ਉਹੀ ਹੁੰਦਾ ਜੇ ਕਿ ਫੰਡਸ ਨੂੰ ਲੈ ਕੇ, ਫਾਈਨਾਂਸਿਸ ਨੂੰ ਲੈ ਕੇ, ਠੀਕ ਹੈ, ਅਤੇ ਨੋਰਮਲੀ ਹਰ ਕੋਈ ਉਹੀ ਸੋਚਦਾ ਹੈ ਕਿ ਪੇਰੈਂਟਸ ਦੇ ਫੰਡ ਜਿਵੇਂ ਆਪਾਂ ਗੱਲ ਕੀਤੀ ਹੈ, ਸੋ ਇੱਕ ਉਹ ਵੱਡਾ ਕੁਐਸਚਨ ਹੁੰਦਾ ਜਿਹਨਾਂ ਕਿ ਅਸੀਂ ਹੁਣ ਬਹੁਤ ਸਾਰੇ ਕੇਸ ਇਹੋ ਜਿਹੇ ਹੈਂਡਲ ਕਰ ਚੁੱਕੇ ਹਾਂ। ਨੋਰਮਲੀ ਦੇਖੋ 80% ਜੇ ਅਸੀਂ ਪੰਜਾਬ 'ਚ ਬੈਠੇ ਹਾਂ ਤਾਂ 80% ਕੇਸ ਐਗਰੀਕਲਚਰ ਦੇ ਆਉਂਦੇ ਆ, ਸੋ ਇੰਨੇ ਕੁ ਐਪਲੀਕੇਸ਼ਨ ਅਸੀਂ ਕਰ ਚੁੱਕੇ ਹਾਂ। ਸੋ ਜੇ ਤੁਸੀਂ ਵੀ ਇੱਕ ਐਗਰੀਕਲਚਰ ਬੈਕਗਰਾਊਂਡ ਨੂੰ ਬਿਲੋਂਗ ਕਰਦੇ ਹੈਗੇ ਹੋ ਐਂਡ ਕੈਨੇਡਾ ਜਾਣਾ ਚਾਹੁੰਦੇ ਹੈਗੇ ਹੋ ਓਪਨ ਵਰਕ ਪਰਮਿਟ 'ਤੇ, ਤਾਂ ਬਿਨਾਂ ਸੋਚੇ ਸਮਝੇ ਵਿਜ਼ਿਟ ਕਰੋ, ਤੁਹਾਨੂੰ ਪ੍ਰੋਪਰਲੀ ਆਪਾਂ ਐਡਵਾਈਸ ਕਰਾਂਗੇ ਕਿ ਤੁਸੀਂ ਕਿੱਦਾਂ ਆਪਣਾ ਓਪਨ ਓਪਨ ਲੈ ਸਕਦੇ। ਸਤਨਾਮ ਜੀ, ਇਸ ਆਫਿਸ ਤੋਂ ਜਦੋਂ ਵੀਜ਼ਾ ਅਪਰੂਵ ਹੋਇਆ ਫੋਨ ਸਭ ਤੋਂ ਪਹਿਲਾਂ ਕਿੱਦਾਂ ਆਇਆ? ਸਰ ਗਾਇਤਰੀ ਮੈਮ ਦਾ। ਤੇ ਕਿਵੇਂ ਲੱਗਾ, ਡਰ ਨਹੀਂ ਲੱਗਾ ਕਿ ਫੋਨ ਆਇਆ ਕਿਤੇ ਰਿਫਿਊਜ਼ਲ ਹੀ ਨਾ ਆਵੇ? ਨੋ ਸਰ, ਸਾਨੂੰ ਪਤਾ ਹੀ ਵੀਜ਼ਾ ਹੀ ਆਉਣਾ ਹੈ। ਤੇ ਸਭ ਤੋਂ ਪਹਿਲਾਂ ਕਿਹਨੂੰ ਦੱਸਿਆ ਫਿਰ ਵੀ ਮੇਰਾ, ਮੈਨੂੰ ਫੋਨ ਆ ਗਿਆ ਜੀ ਵੀਜ਼ਾ ਆ ਗਿਆ? ਵਾਈਫ ਨੂੰ। ਵਾਈਫ ਨੂੰ ਤੇ ਉਹ ਵੀ ਖੁਸ਼ ਹੋ ਗਏ ਫਿਰ? ਹਾਂਜੀ, ਬਹੁਤ ਜ਼ਿਆਦਾ। ਟਰੈਵਲ ਕਦੋਂ ਕਰ ਰਹੇ ਹੋ? ਸਰ ਅਕਤੂਬਰ 'ਚ। ਅਕਤੂਬਰ ਦੇ ਵਿੱਚ ਤੇ ਇਹ ਵੀਜ਼ਾ ਤੁਹਾਡਾ ਸਤੰਬਰ 'ਚ ਆਇਆ? ਹਾਂਜੀ, ਸਤੰਬਰ 'ਚ ਆਇਆ। ਤੇ ਲੋਕ ਤਾਂ ਕਹਿੰਦੇ ਵੀਜ਼ਾ ਨਹੀਂ ਆ ਰਹੇ, ਰਿਫਿਊਜ਼ਲ ਬਹੁਤ ਆ ਰਹੀਆਂ? ਨਹੀਂ ਸਰ, ਇੱਥੇ ਵਿਜ਼ਿਟ ਕਰੋ, ਜ਼ਰੂਰ ਵੀਜ਼ਾ ਆਊਗਾ ਜੀ। ਬਿਲਕੁਲ, ਜੇ ਇੱਥੇ ਵਿਜ਼ਿਟ ਕਰੋਗੇ ਤੇ ਤੁਹਾਡੀ ਧਾਰਨਾ ਜਿਹੜੀ ਹੈ ਗਲਤ ਹੋ ਜੂਗੀ ਕਿ ਵੀਜ਼ੇ ਨਹੀਂ ਆ ਰਹੇ। ਇਮੀਗ੍ਰੇਸ਼ਨ ਲਾਅ ਜਾਓਗੇ ਤਾਂ ਤੁਹਾਨੂੰ ਲੱਗੂਗੇ ਵੀਜ਼ੇ ਹੁਣ ਵੀ ਧੜਾ ਧੜਾ ਆ ਰਹੇ ਆ, ਕਲਾਇੰਟਸ ਵੀ ਅਪਲਾਈ ਕਰਨ ਵਾਲੇ, ਮਾਰਕੀਟ 'ਚ ਲੋਕ ਇਹ ਕਹਿ ਰਹੇ ਕਿ ਵੀਜ਼ੇ ਨਹੀਂ ਆ ਰਹੇ, ਅਪਲਾਈ ਕਰਨ ਵਾਲੇ ਲੋਕ ਨਹੀਂ ਮਿਲਦੇ ਪਏ। ਅਪਲਾਈ ਕਰਨ ਵਾਲੇ ਕੈਂਡੀਡੇਟਸ ਵੀ ਹੈਗੇ ਆ, ਵੀਜ਼ਾ ਸਕਸੈਸ ਰੇਟ ਵੀ ਹੈਗਾ ਹੈ, ਔਰ ਪਾਸਪੋਰਟ ਵੀ ਹੈ ਜਿੱਥੇ ਵੀਜ਼ਾ ਸਟੈਂਪ ਹੋਏ ਆ। ਸੋ ਦ ਇਮੀਗ੍ਰੇਸ਼ਨ ਲਾਅ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਕੈਨੇਡਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਚਾਹੇ ਉਹ ਸਟੂਡੈਂਟ ਵੀਜ਼ਾ, ਚਾਹੇ ਉਹ ਟੂਰਿਸਟ ਵੀਜ਼ਾ, ਚਾਹੇ ਉਹ ਵਿਜ਼ਟਰ ਵੀਜ਼ਾ, ਚਾਹੇ ਉਹ ਸਪਾਊਸ ਓਪਨ ਵਰਕ ਪਰਮਿਟ ਆ, ਰਿਫਿਊਜ਼ ਔਰ ਡਜ਼ਨਟ ਮੈਟਰ, ਦੁਬਾਰਾ ਅਪਲਾਈ ਕਰੋ, ਵੀਜ਼ਾ ਤੁਹਾਨੂੰ ਲੈ ਕੇ ਦੇਣਗੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਥੈਂਕਸ।